ਸੱਚਾ ਮਰੀਦ ਆ ਤੇ ਸੱਚਾ ਫਕੀਰ ਆ ਬਾਬਾ ਜੀ। ਬਾਬਾ ਜੀ ਕੀ ਗੱਲ ਹੈ? ਬੜਾ ਪਰੇਸ਼ਾਨ ਆ। ਕੀ ਪਰੇਸ਼ਾਨੀ ਹੈ? ਬਾਬਾ ਜੀ ਮੇਰੀ ਬੁੱਢੀ ਮਰ ਗਈ ਹੈ। ਬਾਬੇ ਦੀ ਆਪਣੀ ਮਰ ਗਈ ਹੈ। ਬਾਬਾ ਵੀ ਰੰਡਾ ਹੀ ਲਿਖ ਰਿਹਾ। ਪਰੇਸ਼ਾਨ ਨਾ ਹੋ ਬੱਚਾ, ਤੂੰ ਬਾਬੇ ਦੀ ਕਰਾਮਾਤਾਂ ਨਹੀਂ ਜਾਣਦਾ। ਅੱਛਾ, ਅਸੀਂ ਬੜੇ ਪਹੁੰਚੇ ਬਾਬੇ ਆ। ਕਿੰਨੇ ਕੁ ਪਹੁੰਚੇ? ਇਹ ਸਾਡੇ ਪਹੁੰਚੇ ਵੇਖ ਲੈ। ਚਾਦਰ ਪਾ ਕੇ ਫਿਰੀ ਜਾਂਦੇ। ਮੇਰੇ ਤੇ ਪਾਤਾ ਜੇ ਬਾਬਾ ਜੀ, ਬੜੀ ਕਟਲੀ ਵਾਲੇ ਤੁਸੀਂ। ਬਾਬਾ ਜੀ ਮੇਰਾ ਮਸਲਾ ਹੱਲ ਕਰ ਦਿਓ। ਬਾਬਾ ਜੀ ਮੈਂ ਬੜਾ ਪਰੇਸ਼ਾਨ ਰਹਿਣਾ, ਮੈਨੂੰ ਕੋਈ ਹੱਲ ਦੱਸ ਦਿਓ ਬਾਬਾ ਜੀ। ਨਾ ਹੋ ਪਰੇਸ਼ਾਨ ਬੱਚਾ, ਸਾਡੀਆਂ ਦੋਵਾਂ ਤੇਰੇ ਨਾਲ ਨੇ। ਤੇਰੀ ਬੀਵੀ ਮਰੀ ਨਹੀਂ, ਉਹ ਜ਼ਿੰਦਾ ਹੈ। ਉਹਦੀ ਰੂਹ ਇਸ ਘਰ ਚ ਮੌਜੂਦ ਹੈ। ਇੱਥੇ ਇਸ ਘਰ ਚ ਮੌਜੂਦ ਹੈ ਤੇਰੀ ਬੀਵੀ ਦੀ ਰੂਹ। ਅੱਛਾ ਜੀ, ਹਾਂ ਜਦੋਂ ਦਾ ਤੇਰਾ ਵਿਆਹ ਹੋਇਆ, ਹਾਂਜੀ, ਇਸ ਘਰ ਚ ਲਾਰਾ ਪਿਆਰਾ ਹੋ ਗਈਆਂ ਨੇ। ਬਿਲਕੁਲ ਐਂਜੀ ਹੈ। ਇਸ ਘਰ ਦੇ ਹਾਲਾਤ ਬਦਲ ਗਏ ਨੇ। ਬਿਲਕੁਲ ਐਂਜੀ ਬਾਬਾ ਜੀ। ਅਗਰ ਤੂੰ ਇਹ ਘਰ ਛੱਡ ਕੇ ਜਾਏਗਾ, ਇਸ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਡੇਰਾ ਕਰ ਲੈਣਾ। ਸਹੀ ਕਹਿੰਦੇ, ਲੇਕਿਨ ਇਹਨਾਂ ਮੂਰਖਾਂ ਨੂੰ ਨਹੀਂ ਪਤਾ ਲੱਗਣ ਦਿਆ ਕਿ ਮੈਂ ਕਿੱਡਾ ਨਸੀਬਾਂ ਵਾਲਾ। ਪਰੇਸ਼ਾਨ ਨਾ ਹੋ ਬੱਚਾ। ਅੱਛਾ ਜੀ, ਜਦੋਂ ਵੀ ਤੂੰ ਸੱਚੇ ਦਿਲ ਨਾਲ ਆਪਣੀ ਬੀਵੀ ਨੂੰ ਯਾਦ ਕਰੇਗਾ, ਉਹ ਤੇਰੀਆਂ ਅੱਖਾਂ ਦੇ ਸਾਹਮਣੇ ਆ ਜਾਏਗੀ। ਵਾਹ ਬਾਬਾ ਜੀ ਵਾਹ, ਕੀ ਬਾਤ ਹੈ ਬਾਬਾ ਜੀ। ਠੀਕ ਹੈ, ਮੈਂ ਤੁਹਾਡੇ ਆਸਥਾ ਨੇ ਤਿਆ ਕੇ ਤੁਹਾਨੂੰ ਪੂਰਾ ਖੁਸ਼ ਕਰਾਂਗਾ। ਠੀਕ ਹੈ, ਅਸੀਂ ਹੁਣ ਚੱਲਦੇ ਹਾਂ। ਠੀਕ ਹੈ ਬਾਬਾ ਜੀ। ਮੈਨੂੰ ਇਸ ਘਰ ਦੇ ਵਿੱਚ ਉਹਦੀ ਖੁਸ਼ਬੂ ਆਉਂਦੀ ਹੈ। ਮੇਰੇ ਕਮਰੇ ਚ ਆ ਜਾਂਦਾ, ਕਹਿੰਦਾ
ਵੀ ਤੁਹਾਡੇ ਚ ਵਰਗਾ ਲੱਗਦਾ ਜੀ। ਹਲੋ ਉਹ ਧਿਆਨ ਨਾਲ, ਤੈਨੂੰ ਪਤਾ ਵੀ ਨਹੀਂ ਖਾਬ ਵਿੱਚ ਕੀ ਕੁਝ ਹੋ ਜਾਂਦਾ ਹੈ। ਇਹਨੂੰ ਮਗਰਾ ਲਾ ਦੇ ਇਸ ਘਰ ਚ। ਬਗੈਰਤ ਜੀ ਆਦਮੀ ਹੈ, ਜਾ ਮੈਂ ਕਿੱਥੇ ਜਾਣਾ ਜੇ ਹੁਣ? ਕਿਉਂ ਮੈਂ ਇੱਥੇ ਹੀ ਰਹਿਣਾ? ਮੈਨੂੰ ਇਸ ਘਰ ਦੇ ਵਿੱਚ ਦੀ ਖੁਸ਼ਬੂ ਆਉਂਦੀ, ਉਹਦੇ ਝੋਲੇ ਪੈਣ ਦੇ। ਤੈਨੂੰ ਉਹਦੀ ਖੁਸ਼ਬੂ ਆਉਂਦੀ ਤੇ ਬੇਟਾ ਸਾਨੂੰ ਤੇਰੀ ਬੋ ਆਉਂਦੀ ਏ। ਆ ਬੋ ਓਏ ਓਏ ਵੇਖੋ ਆ ਗਈ ਜੇ, ਆ ਗਈ ਜੇ, ਆ ਗਈ ਆ ਗਈ ਆ ਗਈ ਆ ਗਈ ਮੇਰੀ ਆ ਗਈ ਹਾਏ ਹਾਏ। ਇਹ ਕਰੇ ਕਿਆ? ਇਹ ਮੁਕਤੇ ਫਿਲਮ ਬੰਦ ਕਰ, ਐਡੀ ਉਹ ਈਸ਼ਵਰਿਆ ਰਾਏ ਮੁਕਤੇ ਨਹੀਂ, ਉਹਦੀ ਰੂਹ ਫਿਰ ਲਈ। ਉਹ ਵੇਖੋ ਉਧਰ ਵੀ ਆ ਗਈ ਦੇ, ਆ ਗਈ ਨੇ, ਸ਼ਰਮ ਕਰ ਏ, ਆ ਗਈ ਏ। ਇਹ ਖਾਨਾ ਖਰਾਬਾ ਧੀ ਸਾਡੀ ਤੋਂ ਤੂੰ ਨਫ਼ਰਤ ਕਰਾ ਦਿੱਤੀ ਇਹਨੂੰ ਰੂਹ ਰੂਹ ਕਹਿ ਕੇ। ਰੂਹ ਰੂਹ ਨਹੀਂ, ਕੰਮ ਹੀ ਕੋਈ ਨਹੀਂ ਖਾਓ। ਦਿਮਾਗ ਖਰਾਬ ਹੈ ਤੇ ਪਾਗਲ ਖਾਨੇ ਦਾ ਇਸ ਘਰ ਚ ਕੀ ਕਰਨ ਦਿਆ?
ਪਾਗਲਖਾਨਾ ਜਾਂ ਘਰ ਹੈ ਕੀ ਪਾਗਲਖਾਨਾ ਹੀ ਹੈ ਹੋਰ ਕੀ ਹੈ ਮੈਂ ਤੇ ਜਦੋਂ ਦਾ ਜੰਮਿਆ ਨਾ ਤੁਹਾਡੀ ਦੋਨਾਂ ਦੀ ਲੜਾਈ ਵੇਖਦਾ ਰਿਹਾ ਤੂੰ ਜੰਮਿਆ ਸੀ ਤੇ ਲੜਾਈ ਸ਼ੁਰੂ ਹੋਈ ਸੀ ਮਜਾਜੀ ਖੁਦਾ ਕੀ ਕਰ ਰਹੇ ਕਰਦੇ ਰਹਿੰਦੇ ਨੇ
ਕਦੀ ਕਹਿੰਦੇ ਨੇ ਮੈਂ ਅੱਜ ਮਰ ਜਾਵਾਂ, ਮੈਂ ਕੱਲ੍ਹ ਮਰ ਜਾਵਾਂ, ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੈਗਾ ਮੇਰਾ। ਅਤੇ ਮੈਂ ਕਹਿਣਾ ਨਹੀਂ ਸੀ ਚਾਹੁੰਦੀ, ਲੇਕਿਨ ਅੰਮੀ ਦੇ ਹੱਥੋਂ ਮਜਬੂਰ ਹੋ ਕੇ ਆਈ ਹਾਂ ਮੈਂ। ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਮਾਮੂ ਨੂੰ ਪੁੱਛ ਕੇ ਆ ਕਿ ਬਰਾਤ ਕਿਹਨੂੰ ਲੈ ਕੇ ਆਉਣੀ। ਹਾਏ ਨਾ ਮਰ ਗਈ ਜੁੜੀ ਬੇਸ਼ਰਮ, ਇਹ ਵੇਖੋ ਕਿੱਡੀ ਪਿਆਈਆ, ਆਪਣੇ ਮੂੰਹ ਪੁੱਛਣ ਦੀ ਇੱਕ ਬਰਾਤ ਕਦੋਂ ਲੈ ਕੇ ਆਉਣੀ ਹੈ। ਨੀ ਤੋਬਾ ਅਸਤਗਫਾਰ, ਨੀ ਕਿਆਮਤ ਦੀਆਂ ਨਿਸ਼ਾਨੀਆਂ, ਨੀ ਖਾਨਾ ਖਰਾਬ ਹੋਇਆ ਤੇਰਾ, ਨੀ ਐਡੀ ਬੇਹਈਆ ਹੈ। ਜੋ ਮੇਰਾ ਰਿਸ਼ਤਾ ਹੋਇਆ, ਮੇਰੇ ਅੱਬੇ ਨੇ ਆ ਕੇ ਦੱਸਿਆ, ਮੈਂ ਸ਼ਰਮ ਦੇ ਮਾਰੇ ਮੰਜੀ ਥੱਲੇ ਵੜ ਗਈ। ਤਿੰਨ ਦਿਨਾਂ ਬਾਅਦ ਨਿਕਲੀ ਸਾਂ, ਉਹ ਵੀ ਅੱਧਾ ਦੇ ਵੱਡਾ ਖਾ ਲਿਆ ਸੀ ਮੈਂ। ਤੂੰ ਮੰਜੀ ਥੱਲੇ ਵੜਦੀ ਸੀ ਗਈ, ਤੂੰ ਬੜੀ ਮੰਜੀ ਥੱਲੇ ਜਾਂਦੀ ਸੀ। ਮਾਮੀ ਜੀ ਮੇਰਾ ਕਹਿਣ ਦਾ ਮਤਲਬ ਨਹੀਂ ਸੀਗਾ ਤੁਸੀਂ ਮੇਰੇ ਨਾਲ ਵੱਡੇ ਮੁਤਾੜੀ ਇੱਜ਼ਤ ਕਰਨੀ ਆ, ਵਰਨਾ ਮੇਰ ਤੇ ਵੱਡੀ ਕੋ ਬਦਤਮੀਜ਼ ਨਹੀਂ। ਨਹੀਂ ਚੁੱਪ ਕਰ, ਨਹੀਂ ਮੈਂ ਜਾਣਿਆ ਕਿ ਮੈਂ ਤੁਸੀਂ ਬਦਤਮੀਜ਼ ਖਾਨਦਾਨ, ਤੇਰੀ ਮਾਂ ਵੀ ਬਦਤਮੀਜ਼, ਤੇਰਾ ਖਾਨਦਾਨ ਬਦਤਮੀਜ਼। ਮੈਂ ਜਾਣਦੀ ਆ ਤੂੰ ਮੇਰੇ ਘਰ ਭੁੱਲੇ ਨਹੀਂ ਹੋਇਆ ਕਿ ਮੈਂ ਉੱਥੇ ਵਿਆਹ ਕਰਕੇ ਆਈ ਆ, ਮੈਂ ਉਸ ਖਾਨਦਾਨ 'ਚ ਰਹੀ ਆ, ਮੈਂ ਖਤਮਾ ਕਰਕੇ ਮਰ ਗਈ ਆ। ਐਡੇ ਬਦਤਮੀਜ਼ ਲੋਕ, ਮੈਂ ਤਾਂ ਵੱਧ ਘੜ ਬਦਤਮੀਜ਼, ਮੇਰੇ ਨਾਲ ਬਦਤਮੀਜ਼ ਕਰਨੀ ਤਾਂ ਕਰ ਲੈ, ਮੈਂ ਜਾਣਦੀ ਆ ਤੇਰੀਆਂ ਬਦਤਮੀਜ਼ੀਆਂ ਨੂੰ, ਤੇ ਨਾਲ ਤੇਰੇ ਮਾਮੇ ਨੂੰ ਵੀ, ਐਡੀ ਬਦਤਮੀਜ਼ੀ ਕਰਨੇ ਕਰਦਾ ਹਰਨਾ।
ਮਕਰਾਨੀ ਨੇ ਲੱਭਦੀ ਤੇ ਆਪ ਰੱਪੜੀਆਂ ਵੇੜ ਲੋ ਕੀ ਚਪੇੜ ਮਾਰਨੀ ਤੇਰੇ ਬੂਥੇ ਵੇ ਬਕਵਾਸ ਕਰਨ ਦੇ ਦੱਸ ਮੈਂ ਕੀ ਕਰਾਂ ਤੁਸੀਂ ਕੁਝ ਸਾਰੀ ਜ਼ਿੰਦਗੀ ਮੈਂ ਨਹੀਂ ਪੁੱਛਦਾ ਰਿਹਾ ਦੱਸ ਮੈਂ ਕੀ ਕਰਾਂ ਮੇਰੇ ਕੋ ਕੁਛ ਹੁੰਦਾ ਨਹੀਂ ਫਿਕਰ ਨਾ ਕਰ ਹੀਰੇ ਅਗਰ ਅਸੀਂ ਇਸ ਜਨਮ ਵਿੱਚ ਨਾ ਮਿਲੇ ਤਾਂ ਅਗਲੇ ਜਨਮ ਵਿੱਚ ਜ਼ਰੂਰ ਮਿਲਾਂਗੇ ਸਾਡਾ ਮਿਲਨ ਜ਼ਰੂਰ ਹੋਏਗਾ ਹੀਰੇ ਰਾਂਝਣਾ ਸਾਡਾ ਮਿਲਨ ਜ਼ਰੂਰ ਹੋਏਗਾ ਅਸੀਂ ਜ਼ਰੂਰ ਮਿਲਾਂਗੇ ਆ ਜਾ ਹੀਰੇ ਆ ਜਾ ਅਸੀਂ ਮਿਲਾਂਗੇ ਜ਼ਰੂਰ ਮਿਲਾਂਗੇ ਬਾਬਾ ਅਸਤਗਫਰ ਐਡਾ ਬੁੱਢਾ ਹੀ ਰਾਂਝਾ ਓਏ ਇਹਦੀ ਮੰਜਮੀ ਨੂੰ ਉੱਲੀ ਲੱਗ ਗਈ ਹੈ Thank you.
ਮਾਲਕਾਂ ਨੂੰ। ਅੱਛਾ ਆਪਣੇ ਮਾਲਕਾਂ ਨਾਲ? ਹਾਂਜੀ। ਫਿਰ ਮੈਂ ਤੁਹਾਡੇ ਨਾਲ ਕਰ ਲਈ ਸ਼ਾਦੀ। ਹਾਂਜੀ, ਕਿਉਂਕਿ ਅਸੀਂ ਮੁਹੱਬਤ ਕਰਦੇ ਸਾਂ। ਬਿਲਕੁਲ, ਲੇਕਿਨ ਇਸ ਘਰ ਚ ਪ੍ਰੋਬਲਮ ਹੈ। ਉਹ ਕੀ? ਮੇਰੀ ਵਾਲਦਾ ਚਾਹੁੰਦੇ ਸਨ ਕਿ ਮੇਰੀ ਸ਼ਾਦੀ ਉਹਨਾਂ ਦੀ ਭੈਣ ਦੀ ਕੁੜੀ ਨਾਲ ਹੋਏ। ਹਾਂ, ਤੇ ਵਾਲਦ ਸਾਹਿਬ ਚਾਹੁੰਦੇ ਸਨ ਕਿ ਮੇਰੀ ਸ਼ਾਦੀ ਉਹਨਾਂ ਦੀ ਭੈਣ ਦੀ ਕੁੜੀ ਨਾਲ ਹੋਏ। ਸਿੰਪਲ, ਮੈਂ ਪਿਆਰ ਤੁਹਾਡੇ ਨਾਲ ਕਰਦਾ ਸਾਂ। ਹਾਂਜੀ, ਹੁਣ ਤੁਸੀਂ ਇੱਥੇ ਆ ਗਏ ਹੋ, ਤੁਹਾਨੂੰ ਇੱਥੇ ਇੱਕ ਡਰਾਮਾ ਕਰਨਾ ਪਏਗਾ। ਡਰਾਮਾ? ਕਿਹੜਾ ਡਰਾਮਾ? ਬਸ ਐਵੇਂ ਦੋ ਚਾਰ ਦਿਨ ਦੀ ਗੱਲ ਹੈ, ਉਹ ਕੁੜੀਆਂ ਵੀ ਇੱਥੇ ਠਹਿਰੀ ਹੋਈਆਂ ਨਾ ਜਿਨ੍ਹਾਂ ਦਾ ਰਿਸ਼ਤਾ ਮੇਰੇ ਨਾਲ ਹੋਣਾ, ਉਹਨਾਂ ਦੇ ਸਾਹਮਣੇ ਡਰਾਮਾ ਕਰਨਾ ਕਿ ਤੁਸੀਂ ਇਸ ਘਰ ਦੇ ਨਵੀਂ ਨੌਕਰਾਣੀ। ਮੈਂ ਇੱਥੇ ਕੰਮ ਕਰਨ ਆਵਾਂਗੀ। ਕੰਮ ਨੌਕਰ ਕਰੇਗਾ? ਤੁਸੀਂ ਸਿਰਫ ਨੌਕਰਾਣੀ ਬਣ ਕੇ ਰਹਿਣਾ ਬਸ। ਅੱਛਾ, ਮੈਂ ਸਮਝ ਗਈ ਕਿ ਤੁਹਾਡੇ ਅੰਮੀ ਅੱਬੂ ਨੂੰ ਦੱਸ ਰਿਹਾ ਕਿ ਮੈਂ ਕੰਮ ਵਾਲੀ ਹਾਂ। ਹਾਂ ਹਾਂ ਮੁਬਾਰਕ ਹੋਏ ਨਵੀਂ ਨੌਕਰਾਣੀ ਲੈ। ਹਾਂਜੀ, ਨੁਕਰਾਣੀ ਆ ਗਈ, ਤੇਰਾ ਸ਼ੁਕਰ ਹੈ ਕੋਈ ਘਰ ਚ ਕੰਮ ਨਹੀਂ ਆਈ। ਹੱਥ ਰਹਿ ਗਏ ਸਾਡੇ, ਸਾਡੇ ਕੋਲ ਰੋਟੀਆਂ ਪੱਕਦੀਆਂ, ਪਕਾਏ ਕਿਉਂ? ਵਾਲੇਕੁਮ ਸਲਾਮ। ਸਾਰਾ ਕੰਮ ਕਰ ਲੈਣੀ ਹੈ ਜੀ? ਬਿਲਕੁਲ, ਰੋਟੀ ਪਕਾ ਲੈਣੀ ਹੈ? ਰੋਟੀ ਪਕਾ ਲੈਣੀ ਹੈ? ਹਾਂਜੀ ਪਕਾ ਲੈਣੀ ਹੈ। ਸਬਜ਼ੀ, ਗੋਸ਼ਤ, ਚਿਕਨ, ਬਿਗਨ, ਹਰ ਚੀਜ਼ ਜੋ ਕਹੋਗੇ ਮੈਂ ਉਹੀ ਪਕਾ ਲਾਂਗਾ। ਸ਼ਾਬਾਸ਼, ਬਾਕੀ ਜਿਹੜੀ ਚੀਜ਼ ਹੋਏਗੀ ਮੇਰੇ ਕੋਲ ਪੁੱਛੀ, ਮੈਂ ਤੁਹਾਨੂੰ ਦੱਸਾਂਗਾ ਜੀ। ਠੀਕ, ਇਸ ਘਰ 'ਚ ਤੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੇਗੀ। ਅੱਛਾ, ਸਮਝੇ ਕਿ ਨਹੀਂ? ਉਹ ਤੂੰ ਕਿਉਂ ਦੱਸੇਗਾ ਯਾਰ, ਮਾਂ ਜੀ ਫਿਰ ਮਾਂ ਜੀ ਦੱਸ ਦਾਂਗੇ। ਨਹੀਂ ਨਹੀਂ, ਉਹ ਤੇ ਅੱਗੇ ਥੱਕੇ ਨੇ ਵਿਚਾਰੇ। ਹਾਂ, ਬਹੁਤ ਜ਼ਿਆਦਾ। ਤੁਹਾਡੀ ਮਾਂ ਇਹਨਾਂ ਕੰਮਾਂ 'ਚ ਬੰਦੀ ਚੰਗੀ ਲੱਗਦੀ ਹੈ, ਤੇ ਰਹਿਣ ਵਾਸਤੇ ਕੋਈ ਪ੍ਰੋਬਲਮ ਨਹੀਂ, ਤਨਖਾਹ ਤੈਨੂੰ ਚੰਗੀ ਮਿਲੇਗੀ। ਮੇਰੇ ਕੁਆਰਟਰ 'ਚ ਰਹਿ ਲਈ ਤੂੰ। ਬੱਚਾ ਬੱਚਾ, ਤੇਰੇ ਕੁਆਰਟਰ 'ਚ ਕਿਉਂ? ਤੇ ਮੇਰੇ ਬੈੱਡ 'ਤੇ ਸੌ ਜਾਣ ਕੇ ਤੂੰ। ਹੈਂ, ਤੇ ਤੂੰ ਕਿੱਥੇ? ਮੈਂ ਆਪਣੇ ਤੇ। ਮੇਰੇ ਬਾਰੇ ਤੁਸੀਂ ਜ਼ਰਾ ਗੱਲ ਚਲਾਓ ਥੋੜੀ ਥੋੜੀ ਕਰਕੇ। ਕੀ ਮਤਲਬ? ਉਹਨੂੰ ਕਹੋ ਕਿ ਤੇਰੇ ਨਾਲ ਮੈਂ ਉਹਨੂੰ ਕਵਾਂ ਤੇ ਮੈਂ ਖੰਜਰ ਮਾਰਨ ਦਿਆਂ ਤੁਹਾਡੀ ਖਾਤਰ, ਤੇ ਤੁਸੀਂ ਮੇਰੀ ਖਾਤਰ ਇੰਨਾ ਕੰਮ ਨਹੀਂ ਕਰ ਸਕਦੇ। ਅੱਛਾ ਯਾਰ, ਅੱਛਾ ਕਰ ਦਾਂਗਾ, ਕਰ ਦਾਂਗਾ। ਕਰਦੇ ਹੋਗੇ? ਹਾਂ, ਕਰ ਦਾਂਗਾ। ਪਿਆਰੇ ਦੋਸਤੋ,
امیر لوگ اللہ نے امیر رتبے بلند نہیں کیتے ایویں گلاں پکھنڈیاں بس ٹھیک ہے غریباں دا احساس کردے نے اچھا بس ٹھیک ہے ایک نوکر دی خاطر کیڑا کم کرن گے اللہ پاک نے ایویں نہیں دولت دتی ہے اچھا بس ٹھیک ہے نا میرا سینہ پھٹ جائے گا بس ٹھیک ہے نا یار ایڈے چنگے نکلو گے میں کبھی سوچیا ہی نہیں اچھا بس 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 ایدی جی رونا یار ایدی جی رونا نہیں کیڑی گل ہے بس ٹھیک ہے ایویں پکا دے شملے وچ نہیں تواڈے ہاں ہاں بس گل کرو گے نا میری چنتی چنتی لوگ میں کچھ غلط نہیں کر بیٹھا خیر کمرہ تے جا کے ریڈی کریے نا
लेकिन तेरे घर च की चक्कर चल रहा, मैं परेशान हां। ਅੱਧਾ ਪੌਣਾ ਘੰਟਾ ਮੈਂ ਕਰਦੀ ਰਹੀ। ਅੱਜ ਇਸ ਦਿਨ ਵਰਲਡ ਕੱਪ ਦਾ ਫਾਈਨਲ ਸੀ।
ਚਾਰ ਬੰਦੇ ਮੈਨੂੰ ਬੈਠਕ ਚ ਲੈ ਗਏ, ਫਿਰ ਮੈਨੂੰ ਕਹਿੰਦੇ ਇੰਜ ਹੋ ਮੈਂ ਇੰਜ ਹੋਈ, ਉੱਥੇ ਟੀਵੀ ਰੱਖ ਕੇ ਸਾਰੀ ਰਾਤ ਮੈਚ ਵੇਖਦੇ ਰਹੇ ਤੇਰੇ ਤੇ, ਹੋਰ ਟੇਕ ਰੱਖਣਾ। ਵੈਸੇ ਤੂੰ ਕਿਹੜੀ ਆਸ ਤੇ ਖੁਸਰਾ ਬਣਿਆ, ਉਹ ਆਪਣਾ ਕਾਰੀਗਰ ਤੇ ਵਹਾ ਬਥੇਰੇ ਨੇ ਜਿੰਨੇ ਮੁੱਛਾਂ ਵਾਲੇ ਨੇ ਮੇਰੇ ਕਾਰੀਗਰ ਨੇ। ਐ ਬਦਮਾਸ਼ ਐ ਕਤਲ ਕਰੇਗਾ। ਹਾਂ ਕਿਹਨੂੰ? ਤੂੰ ਕਤਲ ਕਰਾ ਲਾ, ਤੈਨੂੰ ਕਰਾਂਗੀ ਕਤਲ ਮੈਂ। ਮੈਨੂੰ? ਹਾਂ ਤੂੰ। ਹਾਂ ਪਾਣੀ ਆ ਗਿਆ, ਪਾਣੀ ਆ ਗਿਆ ਬਦਮਾਸ਼ਾ। ਛੁਰੀ ਮਾਰ, ਛੁਰੀ ਮਾਰ। ਬੇਟਾ ਗੰਦਾ ਪਾਣੀ ਆਇਆ, ਉਹ ਛੁਰੀ ਮਾਰ। ਮਾੜਾ ਹੋ ਗਿਆ ਓਏ, ਸਿੱਧਾ ਹੋ ਗਿਆ। ਸਾਰਿਆਂ ਕੋਲ ਬੰਦਾ ਸ਼ਰਮਿੰਦਾ ਕਰਨ ਡਿਆ, ਤੇਰੀ ਸਾਰੀ ਕਾਗਜ਼ੀ ਕਾਰਵਾਈ ਨਜ਼ਰ ਆਉਣ ਡਈ। ਪੰਜਾਬ ਵਗੈਰਤਾ ਜਨਾਨਿਆ, ਮੈਨੂੰ ਮਾਰ। ਬੇ ਮੈਨੂੰ ਖੁਸ਼ਕ ਛੁਰੀ ਨਾ ਮਾਰੀ, ਮੇਰੇ ਫਸ ਜਾਂਦੀ ਏ। ਮੇਰਾ ਯਾਰ ਤੇ ਦੁਸ਼ਮਣਾ, ਬੇ ਮੈਨੂੰ ਮਾਰੀ ਨਾ। ਬੇ ਇਹ ਛੁਰੀ ਨਾ ਮਾਰਨ ਵਾਲਾ ਨਹੀਂ ਹੈ, ਇਹਨੂੰ ਪੌੜੀਆਂ ਥੱਲੇ ਲੈ ਜਾ ਕੇ ਮਾਰਨਾ ਚਾਹੀਦਾ। ਉੱਥੇ ਜਾ ਕੇ ਇਹਨੂੰ ਹਲਾਲ ਕਰਾ ਕੇ ਦਿੰਦੇ, ਲੱਗੇ ਬੱਕਰਾ ਹਲਾਲ ਕੀਤਾ। ਬੇ ਮੈਨੂੰ ਮਾਰੀ ਨਾ। ਬੇ ਅੱਗੇ ਲਾਗੋ ਵਗੈਰਤਾ, ਤੈਨੂੰ ਗੁਸਲਖਾਨੇ ਜਾ ਕੇ ਮਾਰਾਂਗਾ। ਨਾਲੀ ਚ ਜਾ। ਬੇ ਮੈਨੂੰ ਨਾ ਮਾਰੀ, ਬੇ ਮੈਨੂੰ ਨਾ ਮਾਰੀ। ਇਹ ਤੇਰਾ ਭਰਾ ਏ? ਹਾਂ ਜੀ ਮੇਰੇ ਭਈਆ। ਬੇਟੇ ਨੂੰ ਤੇਰੇ ਮਾਂ ਪਿਓ ਦਾ ਖਾਤੇਗਾ ਤੇ ਕੀ ਕਰਾਂ? ਕੀ ਕੰਮ ਵਾਲੀ ਨੀ ਹੈਗੀ? ਹਾਂ ਉਹਨੂੰ ਤਾਂ ਦੇ ਦੇਣਾ, ਕਹਿਣਾ ਮੈਂ ਦਿੱਤਾ। ਉਹ ਮੈਂ ਉਹਨੂੰ ਖਤ ਦਾਂਗਾ। ਮੈਂ ਤੁਹਾਡੀ ਖਾਤਰ ਬੰਦੇ ਮਾਰਨ ਡਿਆ, ਮੇਰੀ ਖਾਤਰ ਖਤ ਨਹੀਂ ਦੇ ਸਕਦੇ? ਅੱਛਾ ਯਾਰ ਦੇ ਦਾਂਗਾ, ਚੱਲ ਜਾ। ਅੱਲਾ ਨੇ ਐਵੇਂ ਨੀ ਰੁਤਬੇ ਬੁਲੰਦ ਕੀਤੇ। ਅੱਛਾ ਐਵੇਂ ਨੀ ਗੱਲਾਂ ਪਖੰਡੇ ਆ। ਅੱਛਾ ਬਸ ਠੀਕ ਹੈ। ਪੱਕਾ ਦੇ ਸ਼ਿਮਲੇ ਐਵੇਂ ਉੱਚੇ ਨਹੀਂ, ਇੱਕ ਨੌਕਰ ਦੀ ਖਾਤਰ ਐਡਾ ਵੱਡਾ ਕੰਮ। ਅੱਛਾ ਠੀਕ ਹੈ ਨਾ ਯਾਰ, ਖਤ ਦਿਓਗੇ ਨਾ? ਹਾਂ ਦੇ ਦਾਂਗਾ। ਜੰਤੀ ਜੰਤੀ ਮਸਲਾ ਹੈ। ਐ ਕੀ ਹੋ ਰਿਹਾ? ਕੀ ਹੋ ਰਿਹਾ? ਕੀ ਹੋ ਰਿਹਾ? ਮੈਂ ਧਿਆਨੀ ਪੁਕਾਰੀ ਹੈ, ਮੈਨੂੰ ਕੀ ਪਤਾ ਕੀ ਹੋ ਰਿਹਾ? ਉਹ ਤੁਸੀਂ ਧਿਆਨੀ ਪੁਕਾਰ ਰਹੇ ਹੋ, ਨੌਕਰ ਕੀ ਕਰ ਰਿਹਾ ਹੈ? ਮੈਨੂੰ ਕੀ ਪਤਾ ਨੌਕਰ ਕੀ ਕਰ ਰਿਹਾ ਹੈ? ਇਹ ਮੈਨੂੰ ਖਤ ਦੇ ਕੇ ਗਿਆ ਹੈ। ਕਿਸ ਵਾਸਤੇ? ਤੁਹਾਡੇ ਲਈ। ਹੈ? ਮੇਰੇ ਲਈ? ਹਾਂ। ਮਤਲਬ ਮੈਨੂੰ ਵੀ ਸਮਝ ਆਵੇ ਨਾ। ਅੱਛਾ ਉਹਦੇ ਜ਼ਿਹਨ ਚ ਜਿਹੜਾ ਗੰਦਾ ਚੱਲ ਰਿਹਾ, ਤੁਸੀਂ ਵੀ ਆਪਣਾ ਜ਼ਿਹਨ ਬਣਾ ਲਓ। ਮਤਲਬ ਕਿ ਨਹੀਂ, ਮੈਂ ਵੇਖੋ ਕਿਸ ਕੁਆਲਿਟੀ ਦਾ ਬੰਦਾ ਪੜੋ। ਚਲੋ ਪੜੋ ਨਹੀਂ, ਸਾਰੇ ਦੋਨੋਂ ਰੰਗ ਕੇ ਇਕੱਠੇ ਪੜਨੇ ਆ। ਹਾਂਜੀ ਦੇਖਣਾ ਤੇ ਸਹੀ। ਸਲਾਮੇ ਮੁਹੱਬਤ, ਜਬ ਸੇ ਆਪ ਆਈ ਹੈ ਮੁਝੇ ਔਰ ਮੇਰੇ ਦਿਲ ਕੋ ਸਕੂਨ ਹੀ ਨਹੀਂ ਮਿਲ ਰਹਾ। ਔਰ ਕੱਲ ਜਬ ਮੇਰੀ ਆਂਖ ਮੇ ਖਾਣਾ ਬਣਾਤੇ ਹੋਏ ਸਾਲਨ ਕੀ ਛੀਂਟ ਗਈ, ਤੋ ਆਪਨੇ ਆਪਣੇ ਹੋਠੋਂ ਸੇ ਜਬ ਗਰਮ ਗਰਮ ਫੂਕ ਮਾਰੀ, ਤੋ ਆਪਕੀ ਸਾਂਸੋਂ ਕੀ ਖੁਸ਼ਬੂ ਮੇਰੀ ਸਾਂਸੋਂ ਮੇ ਸ਼ਾਮਲ ਹੋ ਗਈ। ਮੁਝੇ ਯਕੀਨ ਹੀ ਨਹੀਂ ਥਾ ਕਿ ਇੱਕ ਦਿਨ ਮੈਂ ਇਤਨਾ ਪਿਆਰ ਹੋ ਜਾਏਗਾ। ਜਬ ਮੇਰੀ ਉਂਗਲੀ ਜਲੀ, ਤੁਮਨੇ ਮੇਰੀ ਉਂਗਲੀ ਫਟਾਫਟ ਆਪਣੇ ਮੂੰਹ ਮੇਂ ਡਾਲ ਦੀ। ਪਹਿਲੇ ਮੈਂ ਸਮਝਾ ਕਿ ਆਮ ਸਾ ਅਹਿਸਾਸ ਹੈ ਜੋ ਮੇਰੀ ਉਂਗਲੀ ਆਪਣੇ ਮੂੰਹ ਮੇਂ ਡਾਲ ਦੀ, ਲੇਕਿਨ
कल तो तुमने बिल्कुल मुझे जीत ही लिया जब मेरे मुंह से चिंगम गिरी और तुमने उठा के खा ली। और उस वक्त तो मेरी जान ही निकल गई जब तुमने मेरे दोनों हाथ उठाकर अपने कंधों पे रखे और अपना सर मेरे कंधे पे रख दिया। इतना प्यार कभी मैंने सोचा नहीं था। हाँ एक बात, ये जो हमारा मालिक है ना, इससे थोड़ा बच के रहना, बहुत घटिया और बेगैरत आदमी है। ये अमीर लोग जो होते हैं ना, ये इसी तरह के होते हैं। बहरहाल हमें इनसे क्या लेना देना, अपना ख्याल रखना, तुम्हारा और सिर्फ तुम्हारा जान का जानी।
استاد جی دی اکھ چ خون سوار ہے، استاد جی آج اگر خون دیا ندیاں بہا دیں گے، استاد جی لگ گیا باہر کٹ اور دس اج تیری موت تیرے دروازے دے اتے آ کے کروتی میرا خیال ہے میری دہشت نالی دوڑ گیا جوانا کڈا سونا جوان ہے ویخ دیا ترنا عشق ہو گیا جھوٹ بول رہی ہے روزی کے اڈے سے بہ کے کوئی جھوٹ نہیں مارتا مکنا کون ہے تو مٹیارے میں مٹیار ہاں تینوں میں کیسی لگی ہاں اٹھ کے دس مرنے پچھے تھکے آیا گبرو جوان ہی چاہیے دس تیرے میرے عشق کی کہانی کیڑی جگہ تے شروع ہوئے گی تینوں گڈی لے کے دینی ہے نو زیرو میٹر کی لے کے دینی ہے گڈی پسند آ گئے اور جڑی شے باپو نو پسند آ جائے اور چک کے لے لیندا ہے تے چک کے کیوں لے جانا مینوں ریڑ کے لے چل میں توری پینا کرنا اینوں لے کے جانا تسی سڑک کوئی ایک بھی نہیں رانجنا بنجلی بجا لے گا سچی دس جوانا جوانا دس میں تیرے لیے کی کر دل کردا پہ چلا جا خبردار جی مینوں ہاتھ لایا جی مینوں ہاتھ لایا بسم اللہ اپنی کوالٹی دا مینوں دسی اسی یہ بھی بیگانے خسرے دے خجل ہون پلوان ہی رکھ لا توڑے توڑا خسرے دا خسرا بکواس کر کر زندگی نہیں چاہیے نہیں کرنی یار
ਮੇਰੀ ਬਰਬਾਦੀ ਨਾ ਨਾ ਕਰ ਦੇ। ਨਹੀਂ ਮੈਂ ਵੀ ਧੌਣ ਹੀ ਲਾਵਾਂਗਾ। ਓਏ ਤੈਨੂੰ ਛਾਦੀ ਦੋ ਆ ਕਰਨੀ ਪੈਣੀ ਹੈ। ਓ ਬਾਜੀ ਮੈਂ ਨਹੀਂ ਵਿਆਹ ਕਰਨਾ, ਜਾਓ ਜਾ ਕੇ ਕੰਮ ਕਰੋ ਜਾ ਕੇ। ਨਹੀਂ ਕਰਨਾ, ਨਹੀਂ ਕਰਨਾ, ਅੱਗੇ ਇਹ ਮਗਰ ਪਿਆ ਉਤੋਂ ਤੁਸੀਂ ਆ ਗਏ ਹੋ। ਮੈਂ ਕਿਸੇ ਦੇ ਤੇ ਕੰਮ ਆ ਮਰਨੇ ਆ, ਤੇਰੀ ਪੋਟੀ ਪੋਟੀ ਕਰਕੇ ਇੱਥੇ ਹੀ ਦਬ ਦਿਆਂਗਾ। ਓਏ ਬਾਜੀ ਉਧਰ, ਉਹ ਤੇ ਗੱਡੀ 'ਚ ਕੋਈ ਵੀ ਨਹੀਂ, ਕੋਈ ਵੀ ਨਹੀਂ, ਕੋਈ ਵੀ ਨਹੀਂ। ਓਏ ਝੂਠ ਬੋਲ ਰਹੀ ਹੈ। ਹਾਂਜੀ ਇੱਥੇ ਮੈਂ ਬੁਲਾ ਲਾਂ। ਇੱਥੇ ਕੋਈ ਵੀ ਨਹੀਂ ਜੀ।
ਜਾਣਦੀ ਨਹੀਂ ਮੈਨੂੰ ਤਾਂ ਕਿਉਂ ਤੁਹਾਡੀ ਲੱਸੀ ਮਸ਼ਹੂਰ ਹੈ ਚਿੱਕੜ ਖਾਣ ਵਾਲੀ ਬੰਦੇ ਇਧਰਾ ਹਾਂਜੀ ਚੱਲ ਜਾ ਬੁਲਾ ਕੇ ਲਿਆ ਉਸ ਬਗੈਰਤ ਨੂੰ ਬੀਬੀ ਜੀ ਮੈਨੂੰ ਨਹੀਂ ਪਤਾ ਹਾਂ ਇੱਕ ਬਦਮਾਸ਼ ਸਾਡੇ ਘਰ ਵੀ ਹੈ ਵੇ ਕੱਢ ਬਾਹਰ ਉਹ ਤੁਹਾਡਾ ਬਦਮਾਸ਼ ਹੀ ਉਹਨੇ ਤੇ 100 ਕਤਲ ਕੀਤਾ ਹੋਇਆ ਹੈ ਸਾਡੇ ਨਾਲੋਂ ਵੱਡਾ ਨਹੀਂ ਹੋ ਸਕਦਾ ਤੁਹਾਡੇ ਤੋਂ ਵੱਡਾ ਹੀ ਜੇ ਫਿਰ ਮੈਂ ਕਿਹਾ ਬਦਮਾਸ਼ ਨਿਸ਼ਮੀਮ ਮੈਂ ਇਹਦੇ ਘਰ ਨੂੰ ਅੱਗ ਲਾਉਣੀ ਹੈ ਫ੍ਰਿਜ ਖੀਰਾ ਹੀ ਕੋਈ ਨਹੀਂ ਵੇ ਬੀਬੀ ਜੀ ਦਾ ਡਾਇਟ ਵਾਲਾ ਖੀਰਾ ਖਾ ਤੇ ਨਹੀਂ ਲਿਆ ਤੂੰ ਨਹੀਂ ਮੈਂ ਸਲਾਦ ਬਣਾਉਣ ਤੇ ਬੈਠੀ ਹਾਂ ਅੱਛਾ ਹਾਂ ਓਏ ਬਦਮਾਸ਼ ਬੜਾ 100 ਕਤਲ ਕੀਤੇ ਨੇ 100 ਕਤਲ ਹੈ ਵੇ ਹਾਂਜੀ ਉਹ ਬੋਲ ਬੰਦੇ ਮਾਰੇ ਨੇ ਮੈਂ ਤੈਨੂੰ ਦੱਸ ਨਹੀਂ ਅੰਨੀ ਰਿਆ ਵੇ ਖਾਨ ਸਾਹਿਬ ਲੋ ਕੀ ਗੱਲ ਹੈ ਜਾਨੂ ਹਾਂਜੀ ਓਏ ਹੈ ਬਦਮਾਸ਼ ਜੀ ਤੇ ਹੋਰ ਤੇਰੀ ਅੰਮੀ ਨੇ ਹੱਲ ਆਮ ਬਦਮਾਸ਼ ਨਾਲ ਲੜਾਈ ਹੋਵੇ ਨਾ ਬੰਦਾ ਕਲਾਸ਼ਨ ਕੋਪਾ ਲੈ ਕੇ ਜਾਂਦਾ ਇਹੋ ਜਿਹੇ ਬਦਮਾਸ਼ ਨਾਲ ਲੜਾਈ ਹੋਵੇ ਬੰਦਾ ਘਰੋਂ ਗੋਲੀ ਖਾ ਕੇ ਜਾਂਦਾ ਬਦਮਾਸ਼ ਬਦਮਾਸ਼ ਮੈਂ ਜ਼ਿੰਦਗੀ 'ਚ ਪਹਿਲਾ ਬਦਮਾਸ਼ ਵੇਖਿਆ ਜਿਹਦੇ ਗਿਰੇ ਬਾਰ ਬੰਦੇ ਤੇਰੇ ਚੱਕਰ ਬਹਿਣ ਹੋ ਗਿਆ ਬਦਮਾਸ਼ ਹੋਰ ਕੀ ਆ ਬਦਮਾਸ਼ ਹੈ ਤੈਨੂੰ ਨਜ਼ਰ ਨਹੀਂ ਆ ਰਹੀ ਇਹ ਚਾਹੀਦਾ ਹੀ ਤੁਹਾਡੇ ਦੋਵਾਂ ਦਾ ਖੂਨ ਕਰਨਾ ਚਾਹਨੀ ਹੋਰ ਕੀ ਕਰਨਾ ਸਾਡਾ ਹੋਰ ਤੇਰਾ ਚਾਰ ਪਾਵਾਂ ਮੇਰੀ ਮੁਹੱਬਤ ਨੀ ਮੇਰੀ ਗੱਲ ਸੁਣ ਦੋ ਦਿਨਾਂ ਤੇ ਐਵੇਂ ਹੀ ਆਈ ਖੁਸ਼ ਰਿਹਾ ਆਪਣੇ ਘਰ ਵਾਲੇ ਨੂੰ ਸੱਚ ਦੱਸ ਤੇਰੀ ਕੀ ਲੱਗਦੀ ਹੈ ਕੀ ਐਵੇਂ ਕੌਣ ਨੇ ਮਾਂ ਜੀ
ਮਾਂ ਜੀ ਮੈਂ ਤੁਹਾਡੇ ਕੋਲੋਂ ਕੁਛ ਲੁਕਾਇਆ ਸੀ ਉਹ ਤੁਹਾਨੂੰ ਦੱਸਣਾ ਚਾਹ ਰਿਹਾ। ਤੁਸੀਂ ਮੇਰੀ ਸ਼ਾਦੀ ਕਰਨਾ ਚਾਹੁੰਦੇ ਸੋ ਇਹਨਾਂ ਨਾਲ? ਹਾਂਜੀ। ਮੈਂ ਇਹਨਾਂ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ ਸਰ। ਕਿਉਂ? ਮੈਂ ਪਿਆਰ ਕਰਦਾ ਸਾਂ ਇਹਨੂੰ, ਮੈਂ ਇਹਦੇ ਨਾਲ ਸ਼ਾਦੀ ਕਰ ਲਈ। ਮੇਰੀ ਬੀਵੀ ਹੈ ਮਾਂ ਜੀ, ਨਹੀਂ
ਮੈਂ ਸਿਰੇ ਗੱਲ ਕਹਿਣਾ ਚਾਹੁੰਦਾ, ਲੋਕਾਂ ਨੂੰ ਦੱਸ ਦਈਏ ਘਰ 'ਚ ਲੜਾਈਆਂ ਪਈਆਂ ਨੇ, ਨਵੇਂ ਦਾ ਮੁੰਡਾ ਨੇ ਪੁਰਾਣੇ ਨੂੰ ਵਿਆਹ ਲਿਆ ਜੀ, ਹਾਂਜੀ ਆਪਣੀ ਮਰਜ਼ੀ ਨਾਲ, ਉਹ ਭੈਣ ਮੇਰੀ ਨੱਸ ਗਈ, ਤੇਰਾ ਮੇਰਾ ਪਿਆਰ ਹੁੰਦਾ ਨਹੀਂ ਸੀ ਹੋਣਾ। ਅੱਛਾ ਗੱਲ ਸੁਣ ਵੈਸੇ, ਇਹ ਲੜਾਈਆਂ ਨਹੀਂ ਹੋਣੀਆਂ ਚਾਹੀਦੀਆਂ, ਲੜਾਈਆਂ ਹੋਣ ਨਾਲ ਬੱਚਿਆਂ ਦੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ, ਜਿਹੜੇ ਕਿਨਾਂ ਨੇ ਸਾਡੀ ਮਰਜ਼ੀ ਨਾਲ ਆਉਂਦੇ ਨੇ, ਇਹ ਸਾਨੂੰ ਕਹਿਣਾ ਚਾਹੀਦਾ ਕਿ ਉਹਨਾਂ ਬੱਚਿਆਂ ਦੀ ਹਿਫਾਜ਼ਤ ਕਰਨੀ ਚਾਹੀਦੀ। ਆਪਣਾ ਦਿਲ ਤਾਂ ਬੰਦਾ ਖੁਸ਼ ਕਰ ਹੀ ਲੈਂਦਾ, ਉਹ ਬੱਚਿਆਂ ਦਾ ਕੀ ਕਸੂਰ ਹੈ ਮਸੂਮ, ਚਾਹੇ ਸਾਡੀ ਵਜ੍ਹਾ ਨਾਲ ਆਪਣਾ ਦਿਲ ਖੁਸ਼ ਕਰੀਏ। ਸ਼ੀਸ਼ੇ